हाँ जी परमिंदर सिंह जी तुसी दसो कि कदों होया तुहाडा ऑपरेशन मेरा नवंबर 7 दे विच होया सी 2007 दे विच किन्ना भार सी तुहाडा उदों उदों मैं 1 क्विंटल 24 किलो सीगा ते अज किन्ना है अज हुण मेरा 90 है 90 किलो अच्छा जी ते इस ऑपरेशन तो पहला थोनू होर की दिक्कत आंदी सीगी मैनू ਸਾਹ ਚੜ੍ਹਨਾ ਸ਼ੁਰੂ ਹੋ ਗਿਆ ਸੀ ਬੀਪੀ ਸ਼ੁਰੂ ਹੋ ਗਿਆ ਸੀਗਾ ਹਾਂਜੀ ਹਾਂਜੀ ਅਤੇ ਐਕਸਰਸਾਈਜ਼ ਕਰਨ ਦੇ ਬਾਵਜੂਦ ਵੀ ਮੇਰੇ 2 ਕਿਲੋ ਭਾਰ ਕਦੇ ਘੱਟ ਗਿਆ 3 ਕਿਲੋ ਘੱਟ ਗਿਆ ਫਿਰ ਗੇਨ ਹੋ ਜਾਂਦਾ ਸੀ ਵੇਟ ਅੱਛਾ ਜੀ ਓਕੇ ਕਿਵੇਂ ਪਤਾ ਲੱਗਿਆ ਸਾਨੂੰ ਕਲਾ ਹਸਪੀਟਲ ਵੀਜ਼ਾ ਬਾਰੇ ਵੀਜ਼ੇ ਦਾ ਅਖਬਾਰ 'ਚ ਵੀ ਆਇਆ ਸੀਗਾ ਅਤੇ ਮੇਰੇ ਪਿਤਾ ਜੀ ਵੈਟਰਨਰੀ ਡਾਕਟਰ ਨੇ ਉਹਨਾਂ ਨੇ ਇਸ ਵਿਧੀ ਨੂੰ ਪੜ੍ਹਿਆ ਅਤੇ ਮੈਨੂੰ ਗਾਈਡ ਕੀਤਾ ਵੀ ਤੁਸੀਂ ਜਾ ਕੇ ਡਾਕਟਰ ਸਾਹਿਬ ਨਾਲ ਸਲਾਹ ਕਰੋ ਇਸ ਓਪਰੇਸ਼ਨ ਤੋਂ ਬਾਅਦ ਉਲਟੀ ਦੀ ਪ੍ਰੋਬਲਮ ਆਈ ਤੁਹਾਨੂੰ ਕੋਈ ਨਹੀਂ ਪਹਿਲਾਂ ਥੋੜ੍ਹਾ ਜਿਹਾ ਹੋਇਆ ਸੀਗਾ ਇੱਕ ਦੋ ਵਾਰੀ ਉਲਟੀਆਂ ਜਿਵੇਂ ਖਾਣਾ ਥੋੜ੍ਹਾ ਜਿਹਾ ਜ਼ਿਆਦਾ ਖਾ ਹੋ ਗਿਆ ਜਾਂ ਓਵਰ ਡਾਈਟਿੰਗ ਹੋਈ ਥੋੜ੍ਹੀ ਜਿਹੀ ਅੱਛਾ ਜੀ ਅਤੇ ਬਹੁਤ ਘੱਟ ਜਾਣੀ ਕਿ ਸਵੇਰੇ ਸਵੇਰੇ ਹੁੰਦਾ ਸੀਗਾ ਕਈ ਵਾਰੀ ਅੱਛਾ ਜੀ ਹੁਣ ਠੀਕ ਆ ਹੁਣ ਕੀ ਤੁਹਾਨੂੰ ਫਰਕ ਲੱਗਾ ਓਪਰੇਸ਼ਨ ਤੋਂ ਪਹਿਲਾਂ ਅਤੇ ਹੁਣ ਤੱਕ ਕੀ ਐਕਟਿਵਨੈਸ ਰਹਿੰਦੀ ਆ ਜ਼ਿਆਦਾ ਭਾਰ ਦੇ ਨਾਲ ਫਿਰ ਸੁਸਤੀ ਪਈ ਰਹਿੰਦੀ ਸੀ ਅੱਛਾ ਜੀ ਤੁਹਾਡੇ ਤਾਂ ਇੰਸਪਾਇਰਡ ਹੋ ਗਏ ਫਿਰ ਤੁਹਾਡੇ ਵਾਈਫ ਨੇ ਵੀ ਕਰਵਾਇਆ ਹੈ ਨਾ ਇਹਨਾਂ ਤਾਂ ਜਸਟ ਹੁਣ ਕਰਵਾਇਆ ਹੋਰ ਮੇਰੇ ਸੱਜਣਾ ਮਿੱਤਰਾਂ ਨੇ ਫਰੈਂਡ ਸਰਕਲ ਨੇ ਕਾਫੀ ਕਰਵਾਇਆ ਅੱਛਾ ਜੀ ਹਾਲੀ ਜਸਮੀਤ ਜੀ ਤੁਹਾਡਾ ਕਿੰਨਾ ਭਾਰ ਸੀ ਪਹਿਲਾਂ 112 ਅੱਛਾ ਜੀ 112 ਕਿੰਨਾ ਚਿਰ ਹੋ ਗਿਆ ਤੁਹਾਡੇ ਆਪਰੇਸ਼ਨ ਹੋਏ ਨੂੰ 3 ਮਹੀਨੇ ਹੋ ਗਏ ਅੱਛਾ ਜੀ ਅੱਜ ਕਿੰਨਾ ਆ ਅੱਜ 94 ਕੀ ਦਿੱਕਤ ਸੀ ਤੁਹਾਨੂੰ ਇਸ ਆਪਰੇਸ਼ਨ ਤੋਂ ਪਹਿਲਾਂ ਡਾਇਬੀਟਿਸ ਸੀ ਇਸ ਤਰ੍ਹਾਂ ਦੀ ਤੇ ਹੋਰ ਹਾਰਟ ਦੀ ਵੀ ਨਾਲ ਪ੍ਰੋਬਲਮ ਸੀ ਅੱਛਾ ਜੀ ਸ਼ੂਗਰ ਕਿੰਨੀ ਪੁਰਾਣੀ ਸੀ ਤੁਹਾਡੀ 5 ਸਾਲ ਪੁਰਾਣੀ ਸੀ ਸ਼ੂਗਰ ਕੰਟਰੋਲ ਕਰਨ ਲਈ ਕੀ ਲੈਂਦੇ ਸੀ ਮੈਡੀਸਨ ਲੈਂਦੇ ਅੱਛਾ ਜੀ ਮੈਡੀਸਨ ਲੈਂਦੇ ਸੀ ਹਾਂਜੀ ਅੱਛਾ ਜੀ ਮੈਡੀਸਨ ਸ਼ੂਗਰ ਕੰਟਰੋਲ ਲੈਂਦੀ ਸੀ ਤੁਹਾਡੀ ਪਹਿਲਾਂ ਕੰਟਰੋਲ ਲੈਂਦੀ ਸੀ ਫਿਰ ਬਾਅਦ ਵਿੱਚ ਨਹੀਂ ਸੀ ਅੱਛਾ ਜੀ ਠੀਕ ਹੈ ਫਿਰ ਤੁਸੀਂ ਤੁਹਾਡੇ ਹਸਬੈਂਡ ਨੇ ਤੁਹਾਨੂੰ ਕਿਹਾ ਕਿ ਤੁਸੀਂ ਆਪਰੇਸ਼ਨ ਕਰਵਾਓ ਜੀ ਹਾਂਜੀ ਅਤੇ ਅੱਜ ਤੁਸੀਂ ਸ਼ੂਗਰ ਚੈੱਕ ਕਰਵਾਈ ਕਿੰਨੀ ਹੈ ਹਾਂਜੀ ਅਤੇ ਤੁਹਾਡੀ ਸ਼ੂਗਰ ਦੀ ਮੈਡੀਸਨ ਕਰੋ ਕਿੰਨੀ ਦੇਰ ਬਾਅਦ ਛੁੱਟ ਗਈ ਸੀ ਜਿਸ ਦਿਨ ਆਪਰੇਸ਼ਨ ਕੀਤਾ ਸੀ ਉਸ ਦਿਨ ਹੀ ਉਹਨਾਂ ਨੇ ਕਹਿ ਦਿੱਤਾ ਸੀ ਨਹੀਂ ਲੈਣੀ ਅੱਛਾ ਜੀ ਠੀਕ ਹੈ ਇਸ ਆਪਰੇਸ਼ਨ ਤੋਂ ਬਾਅਦ ਉਲਟੀ ਦੀ ਪ੍ਰੋਬਲਮ ਤਾਂ ਨਹੀਂ ਕੋਈ ਆਈ ਤੁਹਾਨੂੰ ਕਦੀ ਕਦੀ ਕਿਤੇ ਵੀ ਨਹੀਂ ਜੇ ਤੁਸੀਂ ਜ਼ਿਆਦਾ ਖਾ ਲੈਂਦੇ ਹੋ ਓਕੇ ਠੀਕ ਹੈ ਜੀ ਅਤੇ ਜਿਵੇਂ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕੈਲਸ਼ੀਅਮ ਵਿਟਾਮਿਨ ਆਇਰਨ ਲਈ ਜਾਂਦੇ ਤੁਸੀਂ ਰੈਗੂਲਰਲੀ ਟੈਸਟ ਵੀ ਕਰਵਾਉਂਦੇ